ਉੱਥੇ ਹੀ ਪੰਜਾਬੀ ਭਵਨ ਦੇ ਸੈਮੀਨਾਰ ਹਾਲ ਵਿੱਚ ਕਵੀ ਦਰਬਾਰ ਦਾ ਆਯੋਜਨ ਕਰਵਾਇਆ ਗਿਆ। ਇਸ ਦੀ ਪ੍ਰਧਾਨਗੀ ਸਰਦਾਰ ਪੰਛੀ ਕੁਲਦੀਪ ਬੇਦੀ, ਸੁਰਜੀਤ ਜੱਜ, ਡਾਕਟਰ ਜਗਤਾਰ ਸਿੰਘ ਨੇ ਕੀਤੀ। ਇਸ ਮੌਕੇ ਕਈ ਕਵੀਆਂ ਵੱਲੋਂ ਸ਼ਿਰਕਤ ਕੀਤੀ ਗਈ। ਇਸ ਦੌਰਾਨ ਡਾਕਟਰ ਜੱਸੀ ਕੋਹਲੀ ਦੀਆਂ ਲਿਖੀਆਂ ਦੋ ਪੁਸਤਕਾਂ ਲਾਂਚ ਕੀਤੀਆਂ ਗਈਆਂ। ਹਿੰਦੀ ਵਿੱਚ ਦਿਲ ਤੋਂ ਬੇਕਾਬੂ ਹੈ ਅਤੇ ਪੰਜਾਬੀ ਵਿੱਚ ਅਸੀਂ ਨਹੀਂ ਸੁਧਰਾਂਗੇ ਰਿਲੀਜ਼ ਕੀਤੀਆਂ ਗਈਆਂ। ਡਾਕਟਰ ਜੱਸ ਕੋਹਲੀ ਕਵਿਤਾ ਕਥਾ ਕਾਰਵਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ, ਜਿਸ 'ਚ ਧਰਮਿੰਦਰ ਸ਼ਾਹਿਦ ਜੀ ਔਰ ਫਲਕ ਜੀ ਜਿਨ੍ਹਾਂ ਨੇ ਬਹੁਤ ਹੀ ਭਰਪੂਰ ਕੋਸ਼ਿਸ਼ ਕਰ ਰਹੇ ਨੇ। ਔਰ ਮੈਂ ਹਾਸ ਵਿਅੰਗ ਦਾ ਮੈਂ ਕਹਿਣਾ ਚਾਹਾਂਗਾ ਕਿ ਇਹਦਾ ਬਹੁਤ ਰੋਲ ਹੈ ਆਪਣੀ ਲਾਈਫ ਦੇ ਵਿੱਚ। ਸਾਡੀ ਲਾਈਫ ਅੱਜ ਕੱਲ੍ਹ ਸਟ੍ਰੈਸ ਨਾਲ ਪੂਰੀ ਭਰੀ ਹੋਈ ਹੈ, ਔਰ ਮੈਂ ਜਿਹੜੀਆਂ ਦੋ ਕਿਤਾਬਾਂ ਲਿਖੀਆਂ ਹਿੰਦੀ ਔਰ ਪੰਜਾਬੀ ਦੇ ਵਿੱਚ ਹਾਸ ਵਿਅੰਗ ਦੀਆਂ ਕਿਤਾਬਾਂ ਲਿਖੀਆਂ ਨੇ, ਔਰ ਮੈਂ ਸਭ ਦਾ ਵੈਲਕਮ ਕਰਦਾ ਹਾਂ ਜਿਹੜੇ ਵੀ ਆਏ ਨੇ ਇੱਥੇ ਗੈਸਟ। ਸੰਸਥਾ ਕਵਿਤਾ ਕਥਾ ਕਾਰਵਾਂ ਕੀ ਤਰਫ ਸੇ ਮੈਂ ਜਸਪ੍ਰੀਤ ਕੌਰ ਫਲਕ, ਮੈਂ ਡਾਕਟਰ ਕੋਹਲੀ ਜੀ ਕੀ ਦੋ ਪੁਸਤਕੋਂ ਕੇ ਲੋਕਾਰਪਣ ਪਰ ਮੈਂ ਉਨਕੋ ਹਾਰਦਿਕ ਸ਼ੁਭਕਾਮਨਾਏ ਦੇਤੀ ਹੂੰ, ਹਾਰਦਿਕ ਬਧਾਈ ਦੇਤੀ ਹੂੰ, ਔਰ ਉਮੀਦ ਕਰਤੀ ਹੂੰ ਕਿ ਆਨੇ ਵਾਲੇ ਸਮੇਂ ਮੇਂ ਵੀ ਡਾਕਟਰ ਜੱਸ ਕੋਹਲੀ ਜੀ ਸਾਹਿਤਯ ਕੀ ਝੋਲੀ ਮੈਂ ਇਸੀ ਤਰ੍ਹਾਂ ਹੀ ਆਪਣੇ ਕਾਵਿ ਕੇ ਦੁਆਰਾ ਸ਼ਰਸ਼ਾਰ ਕਰਦੇ ਰਹੇਗੇ।